ਸਤਿ ਸ੍ਰੀ ਅਕਾਲ ਦੋਸਤੋ ਪੰਜਾਬ ਟੀਵੀ YouTube ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਜੀ ਗੱਲ ਕਰਦੇ ਹਾਂ ਜੀ ਤਾਜ਼ਾ ਆ ਰਹੀ ਵੱਡੀ ਖਬਰ ਬਾਰੇ 44 ਸਾਲਾਂ ਬਾਅਦ ਆ ਰਹੀ ਜਲਦੀ ਹੀ ਅਜਹੀ ਠੰਡ ਮੀਂਹ ਦਾ ਵੀ ਜਾਰੀ ਹੋ ਗਿਆ ਵੱਡਾ ਅਲਰਟ ਮੌਸਮ ਵਿਭਾਗ ਵੱਲੋਂ ਮੌਸਮ ਦੇ ਬਾਰੇ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ ਜਿਸ ਮੁਤਾਬਕ 44 ਸਾਲ ਬਾਅਦ ਇਸ ਸਾਲ ਮੌਸਮ ਆਪਣੇ ਸਾਰੇ ਰਿਕਾਰਡ ਤੋੜਨ ਨੂੰ ਤਿਆਰ ਹੈ ਮੌਸਮ ਵਿਗਿਆਨੀ ਅਨੁਸਾਰ ਇਸ ਵਾਰ ਠੰਡ ਵੀ ਜਲਦ ਦਸਤਕ ਦੇਵੇਗੀ ਤੇ ਪੂਰੇ ਸਤੰਬਰ ਤੱਕ ਬਾਰਿਸ਼ ਹੋਣ ਦੀ ਸੰਭਾਵਨਾ ਹੈ ਦੇਸ਼ ਭਰ 'ਚ ਅਗਸਤ 'ਚ ਜ਼ਿਆਦਾ ਮੀਂਹ ਹਵਾ ਦੀ ਦਿਸ਼ਾ 'ਚ ਬਦਲ ਤੇ ਸਮੁੰਦਰ ਦੇ ਤਲ ਦਾ ਪਾਣੀ ਠੰਡਾ ਹੋਣਾ ਇਸ ਦੇ ਸੰਕੇਤ ਦੇ ਰਹੇ ਹਨ ਚੰਦਰਸ਼ੇਖਰ ਆਜ਼ਾਦ ਖੇਤੀਬਾੜੀ ਤੇ ਟੈਕਨੋਲੋਜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀ ਮੁਤਾਬਕ ਇਸ ਵਾਰ ਠੰਡ ਜਲਦ ਤੇ ਕਾਫੀ ਪੈ ਸਕਦੀ ਹੈ ਜਦਕੀ بارش ਦੇ ਸਤੰਬਰ ਤੱਕ جاری ਰਹਿਣ ਦੇ ਅਸਾਰ ਹਨ ਮੌਸਮ ਵਿਗਿਆਨੀ ਸੁਨੀਲ पांडे ਨੇ ਦੱਸਿਆ ਕਿ ਅਗਸਤ ਦੀ بارش ਨੇ ਪਿਛਲੇ 44 ਸਾਲਾਂ ਦਾ ਰਿਕਾਰਡ ਤੋੜਿਆ ਹੈ ਜਦਕਿ ਹਵਾ 'ਚ ਤਿੰਨ ਦਿਨ ਤੋਂ ਠੰਡਕ ਮਹਿਸੂਸ ਕੀਤੀ ਜਾ ਰਹੀ ਹੈ ਇਸ ਦੇ ਨਾਲ ਲਾਨੀਨਾ ਦੇ ਸਰਗਰਮ ਹੋਣ ਦੀ ਪੂਰੀ ਸੰਭਾਵਨਾ ਹੈ ਇਸ ਦਾ ਅਸਰ ਇੰਡੋਨੇਸ਼ੀਆ ਖੇਤਰ ਮੈਕਸੀਕੋ ਦੀ ਖਾੜੀ ਦੱਖਣੀ ਅਮਰੀਕਾ ਸਮੇਤ ਕਈ ਟਾਪੂਆਂ ਤੇ ਪਵੇਗਾ ਭਾਰਤ ਦੇ ਦੱਖਣ ਖੇਤਰ 'ਚ ਵੀ ਠੰਡ ਦਾ ਅਨੁਭਵ ਹੋਵੇਗਾ ਹਾਲਾਂਕਿ ਹੁਣ ਤੱਕ ਮੌਸਮ ਵਿਭਾਗ ਦੀ ਕੋਈ ਕੋਸ਼ਨਾ ਜਾਂ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ ਲਾਨੀਨਾ ਮੌਨਸੂਨ ਦਾ ਰੁਖ ਤੈਅ ਕਰਨ ਵਾਲੀ ਸਮੁੰਦਰੀ ਘਟਨਾ ਹੈ ਜੋ ਕਿ 7 ਤੋਂ 8 ਸਾਲ 'ਚ ਅਲੀ ਨੀਨੋ ਦੇ ਬਾਅਦ ਹੁੰਦੀ ਹੈ ਅਲ ਨੀਨੋ 'ਚ ਜਿੱਥੇ ਸਮੁੰਦਰ ਦੀ ਸਤਾ ਦਾ ਤਾਪਮਨ ਬਹੁਤ ਜ਼ਿਆਦਾ ਵਧ ਜਾਂਦਾ ਹੈ ਉੱਥੇ ਲਾਨੀਨਾ 'ਚ ਸਮੁੰਦਰ ਦੀ ਸਤਾ ਦਾ ਤਾਪਮਨ ਘੱਟ ਹੋਣ ਲੱਗਦਾ ਹੈ ਇਸ ਦੇ ਪਿੱਛੇ ਵੱਡੀ ਵਜ੍ਹਾ ਹਵਾ ਦੀ ਦਿਸ਼ਾ 'ਚ ਬਦਲਾਅ ਹੋਣਾ ਹੈ ਇਸ ਵਿੱਚ ਸਮੁੰਦਰੀ ਖੇਤਰਾਂ 'ਚ ਹਵਾ ਦੀ ਰਫ਼ਤਾਰ 55 ਤੋਂ 60 ਕਿਲੋਮੀਟਰ ਰਹਿੰਦੀ ਹੈ ਮੈਦਾਨੀ ਖੇਤਰਾਂ 'ਚ ਇਹ 20 ਤੋਂ 25 ਕਿਲੋਮੀਟਰ ਦੀ ਰਫ਼ਤਾਰ ਨਾਲ ਚੱਲਦੀ ਹੈ ਡਾਕਟਰ ਪਾਂਡੇ ਨੇ ਦੱਸਿਆ ਕਿ ਲਾਨੀਨਾ ਭੂਮੱਧ ਰੇਖਾ ਦੇ ਆਸ-ਪਾਸ ਪ੍ਰਸ਼ਾਂਤ ਮਹਾਸਾਗਰ ਦੇ ਕਰੀਬ ਸਰਗਰਮ ਹੁੰਦਾ ਹੈ ਇਸ ਦਾ ਅਸਰ ਹੋਰ ਮਹਾਦੀਪਾਂ 'ਚ ਨਜ਼ਰ ਆਉਂਦਾ ਹੈ ਧਰਤੀ ਦੇ ਘੁੰਮਣ ਕਾਰਨ ਉੱਥੋਂ ਹਵਾ ਪੂਰਬ ਤੋਂ ਪੱਛਮ ਵੱਲ ਚੱਲਦੀ ਹੈ ਜਦਕਿ ਲਾਨੀਨਾ ਇਹ ਬਦਲਦੀ ਰਹਿੰਦੀ ਹੈ ਇਹ ਸੀ ਜੀ ਹੋਣਦੀ ਤਾਜ਼ਾ ਮੁੱਖ ਖਬਰ ਹੋਰ ਖਬਰਾਂ ਜਾਣਨ ਲਈ ਚੈਨਲ ਨੂੰ ਜੋਬ ਸਬਸਕ੍ਰਾਈਬ ਕਰੋ ਜੀ ਅਤੇ ਵੀਡੀਓ ਨੂੰ ਆਪਣੇ ਦੋਸਤਾਂ ਅਤੇ ਪਰਿਵਾਰ ਨਾਲ ਜੋ ਸ਼ੇਅਰ ਕਰਨਾ ਧੰਨਵਾਦ ਦੋਸਤੋ